ਝਾੜੂ ਦਾ ਕੀ ਮਾਹੌਲਾ? ਝਾੜੂ ਕੀ ਹੈ ਝਾੜੂ ਦਾ ਇੱਥੇ ਜੀ? ਅੱਛਾ ਲਾਭ ਸਿੰਘ ਅੱਗੋ ਕੇ ਆਏ, ਲਾਭ ਸਿੰਘ ਅੱਗੋ ਕਹਿੰਦੇ ਇਹ ਲੁੱਟ ਕੇ ਖਾ ਗਏ ਸਾਰੇ ਕਮੇਟੀ ਨੂੰ, ਇਹਦਾ ਠੱਗ ਬੰਦਾ ਲਾਭ ਤਾਂ ਸਿਮਰਜੀਤ ਸਿੰਘ ਮਾਨ ਉਹ ਤਾਂ ਖਤਰਨਾਕ ਪਾਲਟੀ ਆ, ਮਾਨ ਨੂੰ ਕਿਹੜਾ ਪੁੱਛਦਾ ਗਾ ਯਾਰ, ਖਤਰਨਾਕ ਕਿਵੇਂ ਹੋ ਗਏ? ਇਹਦਾ ਉਗਰਵਾਦ ਫੈਲਾਊਗਾ, ਨਸ਼ਾ ਤਾਂ ਵੱਧ ਗਿਆ ਇੱਥੇ। ਮੈਂ ਤੈਨੂੰ ਅੱਜ 2 ਘੰਟੇ 1 ਘੰਟੇ ਖੜ ਜਾ, ਅਰੇ ਇੱਥੇ ਨਸ਼ਾ ਖਾ ਕੇ ਕਿਰਪਾਨਾਂ ਨੰਗੀਆਂ ਚੱਕੀ ਵੀ ਚੱਕੀ ਫਿਰਦੇ ਨੇ ਪੜ੍ਹਨ ਵਾਲੇ। ਹਾਂ ਭਗਵੰਤ ਮਾਨ ਦਾ ਇਲਾਕਾ ਕਹਿੰਦੇ ਸੰਗਰੂਰ ਆ, ਭਗਵੰਤ ਮਾਨ ਜਿੱਦਾਂ ਹੁੰਦਾ ਇੱਕ ਵੋਟ ਵੀ ਨਹੀਂ ਪੈਂਦੀ, ਬਦਲਾ ਹੈ ਹੀ ਬਦਲਾ, ਹਾਂ ਬਦਲਾ ਕਰਿਆ ਵੀ ਇਹੀ ਸੀ ਅਤੇ ਉਹ ਬਲਦਾ ਹੁਣ ਬਲਦਾਵਾਂਗੇ ਵੀ ਇਹੀ। ਉਹ ਕਹਿੰਦੇ ਖਾਲਸਾ ਵੀ ਬਣਾ ਕੇ ਦੇਣਾ, ਉਹ ਨਹੀਂ ਖਾਲਸਾ ਬਣਾ ਕੇ ਮਾਰਨਾ ਪੰਜਾਬ ਨੂੰ। ਅਤੇ ਹੁਣ ਸੁਖਪਾਲ ਖਹਿਰਾ ਕਾਂਗਰਸ ਤੋਂ ਉਹ ਕਿਵੇਂ ਆ? ਨਾ ਅਸੀਂ ਸੁਖਪਾਲ ਖਹਿਰੇ ਨੂੰ ਪਾਈਏ ਝਾੜੂ ਦਾ ਪਾਉਂਦੇ ਜੀ, ਕਾਂਗਰਸ ਨੂੰ ਪਾਵਾਂਗੇ। ਇਹ ਤਾਂ ਕਹਿੰਦੇ ਇਲਾਕਾ ਹੈ ਭਗਵੰਤ ਮਾਨ ਦਾ, ਭਗਵੰਤ ਮਾਨ ਚਾਹੇ ਕਿਧਰੇ ਰਹੇ। ਲਾਭ ਸਿੰਘ ਗੁੱਗੋ ਕੇ ਕੰਮ ਕੀਤਾ ਉਹਨੇ? ਲਾਭ ਅੱਗੋਂ ਨੇ ਜਮ੍ਹਾਂ ਨਹੀਂ ਕੀਤਾ, ਉਹਦਾ ਬਸ ਹਵਾਈ ਨਹੀਂ ਜਿੱਤ ਗਿਆ, ਉਹਦਾ ਪਤਾ ਹੀ ਨਹੀਂ ਵੀ ਉਹਦਾ ਉੱਚ, ਸਾਨੂੰ ਨਹੀਂ ਪਤਾ ਲੱਗਦਾ ਕਿਹੜੇ ਵੇ ਆਇਆ ਕਿਹੜੇ ਵੇ ਨਾ ਆਇਆ। ਬਦਲਾਅ ਨੇ ਤਾਂ ਭਰਾਵਾਂ ਨਜ਼ਾਰੇ ਲਿਆਤੇ, ਪਹਿਲਾਂ ਤਾਂ ਸਾਡੇ ਰੇੜੀਆਂ ਬੰਦ ਕਰਨ ਪੈ ਨਿਕਲੇ ਅਤੇ ਉਦੋਂ ਬਾਅਦ ਭਰਾਵਾਂ ਸਾਡੇ ਕੱਟੇ ਗਰੀਬਾਂ ਦੇ ਰਾਸ਼ਨ ਕਾਰਡ, ਇਹਨਾਂ ਨੇ ਕੱਟੇ ਵੀ ਵੀਰ ਜੀ ਉਹਨਾਂ ਨੇ ਜਿਹੜੀਆਂ ਬੁੜੀਆਂ 5-5 ਘਰਾਂ ਦਾ ਪੋਚਾ ਲਾ ਕੇ ਟਾਈਮ ਲੰਘਾਉਂਦੀਆਂ ਸੀ। ਸਿਮਰਜੀਤ ਸਿੰਘ ਮਾਨ ਕਿਵੇਂ ਐਮ ਪੀ ਐਚ ਤੋਂ? ਉਹਦਾ ਗਿਆ ਚੱਲਿਆ ਵਾਰ ਆਉਂਦਾ, ਹੁਣ ਚੱਲਿਆ ਰਹਿੰਦਾ। ਨਹੀਂ ਨਹੀਂ ਉਹ ਤਾਂ ਕਹਿੰਦੇ ਕੰਮ ਹੀ ਬਹੁਤ ਕੀਤੇ ਆ, ਨਾ ਕੰਮ ਤਾਂ ਉਹਨੇ ਬਹੁਤ ਕੀਤਾ, 2 ਕੁਰਸੀਆਂ ਤਰਾ ਗਿਆ ਇੱਥੇ, 2 ਕੁਰਸੀਆਂ ਦੇ ਦੀਆਂ। ਉਹ ਰੰਗ ਕਾਹਤੋਂ ਮਾਰਤਾ? ਉਹ ਰੰਗ ਉਹ ਮਾਰਤਾ ਕਹਿੰਦੇ ਵੀ ਮਾਨ ਤਾਂ ਵੀ ਮਾਨ ਤੇ ਵੀ ਰੰਗ ਹੀ ਬਚ ਜਾਣਾ ਹੁਣ। ਜਿਵੇਂ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਬਣੇ ਹੋਏ, ਕੰਮ ਵਗੈਰਾ ਕੀਤੇ ਆ? ਹਾਂ ਕੰਮ ਬਹੁਤ ਕਰਿਆ, ਕੰਮ ਸਾਡੇ ਪਿੰਡ 'ਚ 2.5-2 ਕਰੋੜ ਰੁਪਈਆ ਜਾਣੀ ਪੰਜਾਬ ਸਰਕਾਰ ਨੇ ਲਾਤਾ। ਲੋਕਵਾਦ ਟੀਵੀ ਨਾਲ ਜੁੜਿਓ ਤੁਸੀਂ, ਮੈਂ ਹਮਤਾਜ। ਹੁਣ ਅਸੀਂ ਪਹੁੰਚੇ ਹਾਂ ਹਲਕਾ ਸੰਗਰੂਰ, ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਬਰਨਾਲਾ ਤੋਂ ਜੋ MLA ਸੀ ਮੀਥੇਰ ਉਤਾਰੇ ਗਏ ਨੇ ਮੈਦਾਨ ਦੇ ਵਿੱਚ, ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੇ, ਅਤੇ ਨਾਲ ਦੀ ਨਾਲ ਜੇ ਗੱਲ ਕਰੀਏ ਆਪਾਂ ਇਕਬਾਲ ਸਿੰਘ ਝੁੰਡਾ ਜੀ ਉਹ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਮੌਜੂਦਾ ਇੱਥੋਂ ਸੰਗਰੂਰ ਤੋਂ MP ਨੇ, ਤਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿ ਸੰਗਰੂਰ ਇਸ ਵਕਤ ਕਿਸ ਨੂੰ ਬਣਾਵੇਗਾ ਆਪਣਾ MP, ਕਿਉਂਕਿ ਸੰਗਰੂਰ ਵਾਲਿਆਂ ਦੇ ਅਕਸਰ ਹੀ ਲੋਕ ਕਹਿੰਦੇ ਕਿ ਸੰਗਰੂਰ ਵਾਲੇ ਬਾਜੀ ਪਲਟ ਦਿੰਦੇ ਆ, ਤਾਂ ਪੁੱਛਦੇ ਹਾਂ ਕਿਹਦੀ ਬਾਜੀ ਪਲਟਣਗੇ, ਕੌਣ ਬਣੂਗਾ ਕੌਣ ਨਹੀਂ। ਆਓ ਬਾਪੂ ਜੀ, ਠੀਕ ਠਾਕ ਹੋ ਜੀ? ਠੀਕ ਠਾਕ। ਕਿਵੇਂ ਜੀ ਇਲੈਕਸ਼ਨ ਆ ਗਿਆ, ਕੀ ਮਾਹੌਲ ਆ, ਕੀ ਲੱਗਦਾ ਕੌਣ ਅੱਗੇ ਜਾਊ? ਅੱਗੇ ਤਾਂ ਨਹੀਂ ਸਾਨੂੰ ਪਤਾ, ਅਸੀਂ ਤਾਂ ਜਿੱਥੇ ਵੋਟ ਪਾਉਣੀ ਉੱਥੇ ਪਾ ਹੀ ਦੇਣੀ ਹੈ। ਕਿਹਨਾਂ ਨੂੰ ਪਾਓਗੇ? ਹੈਂ? ਝਾੜੂ ਵਾਲਿਆਂ ਨੂੰ। ਝਾੜੂ ਵਾਲਿਆਂ ਨੂੰ? ਹਾਂਜੀ। ਮੀਥੇਰ ਨੂੰ? ਕਿਉਂ ਜੀ? ਬਸ ਪਹਿਲਾਂ ਉਹਨਾਂ ਦੀ ਸਰਕਾਰ ਬਣੀ ਵੀ ਉਹਨਾਂ ਨੂੰ ਪਾਵਾਂਗੇ। ਸਿਮਰਜੀਤ ਮਾਨ ਦਾ ਵੀ ਇੱਥੇ ਹੈਗੇ MP? ਨਹੀਂ ਨਹੀਂ, ਉਹ ਨਹੀਂ ਵਧੀਆ ਲੱਗਦੇ? ਨਹੀਂ ਵਧੀਆ ਨਹੀਂ ਉਹ, ਅਤੇ ਖਹਿਰਾ ਵੀ ਹੈ ਕਾਂਗਰਸ ਤੋਂ? ਸਾਰਿਆਂ ਨੇ ਖਹਿਰਾ ਵੀ ਹੈ ਜੀ ਕਾਂਗਰਸ ਤੋਂ? ਨਹੀਂ ਨਹੀਂ, ਇਸ ਤਰ੍ਹਾਂ ਝਾੜੂ ਵਾਲਿਆਂ ਨੂੰ ਪਾਵਾਂਗੇ, ਝਾੜੂ ਨੂੰ ਪਾਵਾਂਗੇ। ਬਾਬਾ ਜੀ ਠੀਕ ਠਾਕ ਹੋ? ਹਾਂ। ਕੀ ਮਾਹੌਲ ਹੈ ਵੋਟਾਂ ਦਾ? ਆਪਾਂ ਕਾਂਗਰਸ ਨੂੰ ਪਾਵਾਂਗੇ। ਕਾਂਗਰਸ ਨੂੰ? ਹਾਂ। ਸੁਖਪਾਲ ਖਹਿਰੇ ਨੂੰ? ਹਾਂ। ਕਿਉਂ? ਹੈਂ? ਕਾਹਤੋਂ? ਪਹਿਲਾਂ ਤਾਂ ਪਾਉਣੀ ਹੈ ਇਹਨਾਂ ਨੂੰ, ਝਾੜੂ ਵਾਲਿਆਂ ਦਾ ਕੀ ਮਾਹੌਲ ਆ ਮੀਥੇਰ? ਭਗਵੰਤ ਮਾਨ ਦਾ ਇਲਾਕਾ ਕਹਿੰਦੇ ਸੰਗਰੂਰ ਆ, ਭਗਵੰਤ ਮਾਨ ਜਿੱਦਾਂ ਹੁੰਦਾ ਇੱਕ ਵੋਟ ਵੀ ਨਹੀਂ ਪੈਂਦੀ? ਨਹੀਂ ਪੈਂਦੀ। ਬਾਪੂ ਜੀ ਕੀ ਮਾਹੌਲ ਆ ਵੋਟਾਂ ਦਾ ਫਿਰ? ਤੁਸੀਂ ਦੱਸੋ ਪਹਿਲਾਂ ਕਿੱਧਰ? ਇਸੇ ਪਾਸੇ ਦੇ ਤੂੰ, ਤੁਸੀਂ ਦੱਸੋ ਜੀ ਕੀ ਮਾਹੌਲ ਆ ਸੰਗਰੂਰ ਸੀਟ ਦਾ? ਅਸੀਂ ਤਾਂ ਵੀਰੇ ਝਾੜੂ ਨੂੰ ਪਾਉਣਾ, ਝਾੜੂ ਨੂੰ ਪਾਵਾਂਗੇ। ਝਾੜੂ ਨੂੰ ਪਾਵਾਂਗੇ? ਹਾਂਜੀ। ਕਾਹਤੋਂ ਜੀ? ਬਸ ਸਾਡੀ ਸਰਕਾਰ ਪਹਿਲਾਂ ਤਾਂ ਉਹੀ ਚੁਣੀ ਵੀ ਆ, ਪਹਿਲਾਂ ਤਾਂ ਉਹ ਸਰਕਾਰ ਹੈ। ਹਾਂਜੀ, ਭਗਵੰਤ ਮਾਨ ਦਾ ਇਲਾਕਾ ਕਹਿੰਦੇ ਸੰਗਰੂਰ ਤਾਂ ਕਰਕੇ। ਹਾਂਜੀ। ਅਤੇ ਸਿਮਰਜੀਤ ਸਿੰਘ ਮਾਨ MP ਆ ਹੁਣ, ਉਹਨਾਂ ਨੂੰ? ਉਹ ਤਾਂ ਦੇਖਾਂਗੇ ਜੀ ਵਿਚਾਰ ਵੀ, ਪਰ ਮੇਨ ਸਾਡਾ ਇਹੀ ਆ।
ਝਾੜੂ ਹੈ ਹਾਂ ਜੀ ਕਾਂਗਰਸ ਅਕਾਲੀ ਦਲ ਉਹਨਾਂ ਦਾ ਕੀ ਬਣੂਗਾ ਉਹਨਾਂ ਹੋਰ ਮੇਰੇ ਅੱਗੇ ਬਹੁਤ ਹੈ ਹੋਰ ਬਹੁਤ ਹੈ ਮੇਰੇ ਅੱਗੇ ਭਗਵੰਤ ਮਾਨ ਚਾਹੇ ਕਿਧਰੇ ਰਹੇ ਸਿਮਰਜੀਤ ਸਿੰਘ ਮਾਨ ਵੀ ਐਮਪੀ ਇੱਥੋਂ ਵਿੱਚੋਂ ਪਵਾ ਦਿਆਂਗੇ ਦੋ ਪਵਾ ਦੋਗੇ ਹਾਂਜੀ ਤੇ ਜਿੱਤੂਗੇ ਹਰੂ ਇਹ ਨੀ ਪਤਾ ਵੀ ਜਿੱਤੇ ਖਰੇ ਵੋਟਾਂ ਪਾ ਦਿਆਂਗੇ ਦੋ ਚੱਲ ਜਿੱਤੂ ਕਿਹੜਾ ਦੱਸ ਦੋ ਫਿਰ ਜਿੱਤੂ ਤਾਂ ਹੁਣ ਝਾੜੂ ਵਾਲੇ ਜਿੱਤੂ ਆ ਪਾਉਣੀ ਕਾਂਗਰਸ ਨੂੰ ਵੋਟ ਕਾਂਗਰਸ ਨੂੰ ਪਾਵਾਂਗੇ ਜਿੱਤੂ ਝਾੜੂ ਵਾਲਾ ਹੀ ਸਰਕਾਰ ਉਹਦੀ ਆ ਨਾ ਸਰਕਾਰ ਹਾਂ ਪਹਿਲਾਂ ਵੀ ਆਪਾਂ ਤਾਂ ਕਾਂਗਰਸ ਨੂੰ ਪਾਉਂਦੇ ਆ ਕਾਂਗਰਸ ਨੂੰ ਪਾਉਂਦੇ ਆ ਸੁਖਪਾਲ ਖੇੜਾ ਕਿਵੇਂ ਬੰਦਾ ਠੀਕ ਆ ਬੰਦਾ ਉਹ ਵੀ ਉਹਨੂੰ ਪਾਉਂਗੇ ਹਾਂਜੀ ਹਾਂਜੀ ਨਹੀਂ ਸਿਮਰਜੀਤ ਸਿੰਘ ਮਾਨ ਕਹਿੰਦੇ ਵੀ ਮੈਂ ਪੰਥ ਦੀ ਰੱਖਿਆ ਕਰ ਰਿਹਾ ਖਾਲਿਸਤਾਨ ਲੈ ਪੰਥ ਦੀ ਰੱਖਿਆ ਤਾਂ ਕਰ ਰਿਹਾ ਪਹਿਲਾਂ ਤੂੰ ਪਾਈ ਨਹੀਂ ਨਾ ਅਸੀਂ ਵੋਟ ਉਹਨੂੰ ਪਾਈ ਨਹੀਂ ਕਦੇ ਹਾਂ ਸੱਤਰ ਸਾਲ ਦੇ ਹੋਏ ਮੈਂ ਸਾਨੂੰ ਪੁੱਛਦੇ ਕੋਈ ਨੀ ਸਰਕਾਰ ਨਵੀਂ ਕਹਿੰਦੀ ਕੰਮ ਹੀ ਬਹੁਤ ਕੀਤੇ ਆ ਕੰਮ ਸਾਡੇ ਤਾਂ ਕਰੇ ਨੀ ਪਰਸਨ ਤਾਂ ਲਾਈ ਨੀ ਲਾਕਾਂ ਕਹਿੰਦੇ ਕੰਮ ਬਹੁਤ ਹੋਏ ਆ ਉਹ ਕੰਮ ਤਾਂ ਹੋ ਹੀ ਜਾਣਗੇ ਇੱਥੇ ਹਾਂ ਕੰਮ ਵੀ ਕਿਸੇ ਰੁਕੇ ਆ ਕੋਈ ਮੰਗ ਕੇ ਖਾਂਦਾ ਕੋਈ ਕਿਵੇਂ ਖਾਂਦਾ ਭਗਵੰਤ ਮਾਨ ਹੈ ਇਹਨੇ ਪਲਟਣ ਵੀ ਨਹੀਂ ਲਾਈ ਭਗਵੰਤ ਮਾਨ ਕਹਿੰਦਾ ਮੈਂ ਆਮ ਘਰਾਂ ਦਾ ਮੁੰਡਾ ਕੰਮ ਕਰਦਾ ਡੱਕਾ ਨਹੀਂ ਕਰਿਆ ਕੁਛ ਨਹੀਂ ਕੀਤਾ ਵੋਟ ਤਾਂ ਲਾਈ ਬੈਠੇ ਬਾਪੂ ਕਿੱਡੇ ਕਿੱਡੇ ਕੌਣ ਭਗਵੰਤ ਮਾਨ ਨੇ ਵੋਟ ਲਾਈ ਜਾਵੇ ਬੋਲੇ ਜਿਹੜੇ ਸਾਨੂੰ ਗਰੀਬਾਂ ਨੂੰ ਕਣਕ ਦਿੰਦਾ ਸੀ ਉਹ ਵੀ ਹਟ ਗਿਆ ਹਟ ਗਏ ਹਾਂ ਇਹਨੇ ਤਾਂ ਮਾਰਤੇ ਲੋਕ ਬਦਲਾ ਇਹੀ ਬਦਲਾ ਹੈ ਬਦਲਾ ਕਰਿਆ ਵੀ ਇਹੀ ਸੀ ਅਤੇ ਉਹ ਬਲਦਾ ਹੁਣ ਬਲਦਾਵਾਂਗੇ ਵੀ ਅਸੀਂ ਤੁਸੀਂ ਬਦਲੋਗੇ ਫਿਰ ਬਦਲਾ ਨੂੰ ਬਦਲ ਦੋਗੇ ਹਾਂ ਠੀਕ ਹੈ ਉੱਧਰ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਬਾਪੂ ਜੀ ਕੀ ਮਾਹੌਲ ਆ ਜੀ ਸੰਗਰੂਰ ਸੀਟ ਦਾ ਇੱਧਰ ਵੀ ਕਰਾਂਗੇ ਤੁਸੀਂ ਦੱਸੋ ਬਸ ਮੈਂ ਨਹੀਂ ਕਰਦਾ ਇੱਧਰ ਹੀ ਕਰੋ ਗੱਲ ਉੱਧਰ ਆ ਜਾਓ ਫਿਰ ਚੱਲ ਕੋਈ ਨਹੀਂ ਇੱਧਰ ਕਰ ਲੈਂਦੇ ਹਾਂ ਕੀ ਮਾਹੌਲ ਆ ਬਾਈ ਸੰਗਰੂਰ ਸੀਟ ਦਾ ਯਾਰ ਬਾਈ ਸਾਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਫਿਰ ਵੀ ਵੋਟ ਅਸੀਂ ਕਾਂਗਰਸ ਨੂੰ ਤਾਂ ਪਹਿਲਾਂ ਤੋਂ ਹੀ ਪਾਉਣੇ ਉਹਨਾਂ ਨੂੰ ਪਾਵਾਂਗੇ ਸੁਖਪਾਲ ਸਿੰਘ ਖਹਿਰੇ ਨੂੰ ਹਾਂਜੀ ਹੋਰ ਇਹਨਾਂ ਦਾ ਕੀ ਲੱਗਦਾ ਭਗਵੰਤ ਮਾਨ ਦੇ ਬੰਦੇ ਦਾ ਭਗਵੰਤ ਮਾਨ ਦੇ ਬੰਦੇ ਦਾ ਅਸੀਂ ਤਾਂ ਇਹਦੇ 'ਚ ਨਾ ਪਾਰਟੀ 'ਚ ਖੜੇ ਹਾਂ ਨਾ ਗਏ ਹਾਂ ਕਿਤੇ ਨਹੀਂ ਉਹਨੇ ਬਦਲਾਅ ਆਇਆ ਸੀਗਾ ਕਿਵੇਂ ਲੱਗਿਆ ਬਦਲਾਅ ਤਾਂ ਠੀਕ ਹੈ ਬਸ ਨਹੀਂ ਪਾਈਆਂ ਨਹੀਂ ਆਪਾਂ ਪਹਿਲਾਂ ਤਾਂ ਹਾਂ ਹਾਂਜੀ ਵੋਟਾਂ ਪੈਂਦੀਆਂ ਹੁੰਦੀਆਂ ਸਾਰੀਆਂ ਬਦਲਾਅ ਕਰੇ ਉਹ ਬਾਈ ਲੋਕਾਂ ਨੇ ਕਰੇ ਹਾਂ ਹਾਂਜੀ ਜਿਹੜਾ ਬਦਲਾ ਕਰਿਆ ਜਿਹੜੀ ਪਾਰਟੀਆਂ ਸੀ ਸਾਰੇ ਕਹਿੰਦੇ ਸੀ ਵੀ ਚੰਗਾ ਹੈਗਾ ਬੰਦਾ ਆ ਗਿਆ ਤਾਂ ਬਦਲਾ ਹੋਇਆ ਬਦਲਾ ਨੇ ਡੱਕਾ ਨੀ ਕਰਿਆ ਤੁਸੀਂ ਝਾੜੂ ਨੂੰ ਪਾਉਣੀ ਹੈ ਬਾਪੂ ਜੀ ਝਾੜੂ ਨੂੰ ਪਾਉਣਗੇ ਭੁਲੇਖਾ ਇੱਥੇ ਗੱਲਾਂ ਮਾਰਨ ਵਾਲੀ ਹੈ ਝਾੜੂ ਨੂੰ ਪਾਉਣਗੇ ਵੋਟਾਂ ਬਾਪੂ ਨਸ਼ਾ ਕਿਵੇਂ ਹੋ ਕਹਿੰਦੇ ਨਸ਼ਾ ਵੀ ਮੈਂ ਕਰਦਾ ਸੀ ਚਾਰ ਹਫ਼ਤਿਆਂ ਚ ਉਦੋਂ ਵੱਧ ਗਿਆ ਮਿਲਦਾ ਹੁਣ ਜਿੰਨਾ ਛਲਾ ਹੈ ਕਿੰਨੇ ਕੁ ਟਾਈਮ ਲੱਗਦਾ ਲੈਣ ਤੇ ਕਿੰਨਾ ਕੁ ਟਾਈਮ ਲੱਗਦਾ ਕਿਵੇਂ ਨਸ਼ਾ ਲੈਣ ਤੇ ਯਾਰ ਤੂੰ ਇਹ ਕੀ ਪੁੱਛਣਾ ਹੁਣ ਮਗਾਰਾ 500 ਚਾਹੀਦਾ ਜਿਹੜਾ ਮਰਜ਼ੀ ਖਾਈ ਜਾ 500 ਚਾਹੀਦਾ ਇਹ ਫਿਰ ਕਾਹਦੋਂ ਕਹਿੰਦੇ ਵੀ ਮਕਾਤਾ ਸੀ ਡੱਕਾ ਨਹੀਂ ਕੋਈ ਬਦਲਾਅ ਨਹੀਂ ਆਇਆ ਜਿਹੜਾ ਬਦਲਾਅ ਜੀ ਜੇ ਨਸ਼ਾ ਮੁੱਕਦਾ ਤਾਂ ਬਦਲਾਅ ਵਧੀਆ ਸੀ ਹਾਂ
ਫਿਰ ਆਪਾਂ ਨੂੰ ਕੋਈ ਮਾੜਾ ਨਹੀਂ। ਜਵਾਕਾਂ ਜਿਹਦੇ ਜਵਾਕ ਮਰ ਗਿਆ ਉਹ ਬਹੁਤ ਔਖਾ ਹੋ ਗਿਆ। ਬਾਪੂ ਠੀਕ ਠਾਕ ਚੜ੍ਹਦੀ ਕਲਾ ਜੀ? ਵੋਟਾਂ ਆ ਗਈਆਂ ਜੀ ਸੰਗਰੂਰ ਸੀਟ 'ਤੇ, ਕੌਣ ਬਾਜੀ ਮਾਰੂ ਕੀ ਲੱਗਦਾ? ਇਹ ਮੌਕਾ ਹੀ ਦੱਸੇਗਾ ਜੀ, ਆਪਾਂ ਕੀ ਕਹਿ ਸਕਦੇ, ਇਹ ਦੁਨੀਆਂ ਦਾ ਪਾਲ ਦਾ ਪਤਾ ਨਹੀਂ ਕਿੱਧਰ ਜਾਣਾ। ਤੁਹਾਡਾ ਕੀ ਮਾਹੌਲ ਆ ਕਿੱਧਰ ਨੂੰ ਹੈ? ਜਿੱਦਾਂ ਲੋਕ ਪਾਉਣਗੇ ਉੱਧਰ ਅਸੀਂ ਪਾ ਦਾਂਗੇ ਜੀ ਮਾਹੌਲ, ਕਹਿੰਦਾ ਜਿੱਦਾਂ ਬੰਦਾ ਵਧੀਆ ਕੰਮ ਕਰੂਗਾ ਉਹਦਾ ਵੋਟ ਦਵਾ ਦਾਂਗੇ। ਅੱਛਾ ਹੁਣ ਸਿਮਰਜੀਤ ਸਿੰਘ ਮਾਨ ਐਮ ਪੀ ਕੰਮ ਕੁੰਮ ਕੀਤੇ ਉਹਨਾਂ ਨੇ? ਕੋਈ ਕੰਮ ਨਹੀਂ ਕਰਿਆ ਉਹਨੇ ਖਾਸ ਅੱਡਾ, ਉਹ ਤਾਂ ਕਹਿੰਦੇ ਕੰਮ ਹੀ ਬਹੁਤ ਕੀਤੇ। ਕੋਈ ਕੰਮ ਨਹੀਂ ਕਰਿਆ ਉਹਨੇ, ਕੋਈ ਨਹੀਂ ਕੀਤਾ ਨਾ। ਉਹ ਕਹਿੰਦੇ ਖਾਲਸਾ ਨੂੰ ਵੀ ਬਣਾ ਕੇ ਦੇਣਾ? ਉਹ ਨਹੀਂ, ਖਾਲਸਾ ਬਣਾ ਕੇ ਮਾਰਨਾ ਪੰਜਾਬ ਨੂੰ ਨਹੀਂ ਚਾਹੀਦਾ ਤੁਹਾਨੂੰ ਨਾ। ਅਤੇ ਹੁਣ ਸੁਖਪਾਲ ਖਹਿਰਾ ਕਾਂਗਰਸ ਤੋਂ ਉਹ ਕਿਵੇਂ ਆ? ਨਾ ਅਸੀਂ ਸੁਖਪਾਲ ਖਹਿਰੇ ਨੂੰ ਪਾਈਏ ਝਾੜੂ ਤਾਂ ਪਾਉਣ ਦੇ ਨਹੀਂ। ਝਾੜੂ ਦਾ ਨਾ ਨਾ ਝਾੜੂ ਦਾ ਹੋਰ ਹੈ, ਇਹ ਤਾਂ ਕਾਂਗਰਸ ਤੋਂ ਸੁਖਪਾਲ ਖਹਿਰਾ ਕਾਂਗਰਸ ਨੂੰ ਝਾੜੂ ਨੂੰ ਝਾੜੂ ਨਹੀਂ ਪਾਉਂਦੇ ਅਸੀਂ, ਕਾਂਗਰਸ ਨੂੰ ਪਾ ਦਾਂਗੇ। ਉਹ ਤਾਂ ਕਹਿੰਦੇ ਇਲਾਕੇ ਸਾਡਾ ਸੰਗਰੂਰ ਜਾਊਗੀ ਹੈਂ। ਹਾਂਜੀ ਕੀ ਮਾਹੌਲ ਹੈ ਜੀ? ਖਹਿਰਾ ਜਾਊਗਾ, ਖਹਿਰਾ ਜਾਊਗਾ ਹਾਂਜੀ। ਕਿੱਧਰ ਜਾਊਗਾ ਮਤਲਬ? ਵੋਟ ਲੈ ਕੇ ਜਾਊਗਾ। ਜਿੱਤੂਗਾ ਮਤਲਬ? ਹਾਂਜੀ ਹਾਂ। ਝਾੜੂ ਦਾ ਕੀ ਮਾਹੌਲ ਆ? ਝਾੜੂ ਕੀ ਹੈ ਝਾੜੂ ਦਾ ਇੱਥੇ ਜੀ? ਭਗਵੰਤ ਮਾਨ ਦਾ ਇਲਾਕਾ ਕਹਿੰਦੇ ਉਹ ਜਿੱਤੂ? ਨਾ ਜੀ ਨਾ ਨਾ, ਕੀ ਉਹਦਾ ਕੀ ਹੁਣ ਇੱਥੇ ਜੀ? ਉਹਦਾ ਲੁੱਟ ਕੇ ਖਾ ਗਿਆ ਇਹਨੂੰ। ਮੀਤ ਹੇਰ ਆਇਆ ਉਹਦੇ ਮੈਂ ਆਖਿਆ ਕੋਈ ਆ ਜਾਏ ਜੀ, ਝਾੜੂ ਨਹੀਂ ਆਉਂਦਾ ਇੱਥੇ ਹੁਣ, ਝਾੜੂ ਨਹੀਂ ਆਉਂਦਾ। ਨਾ ਜੀ ਨਾ। ਬਦਲਾ ਆਇਆ ਸੀ, ਕਿਵੇਂ ਲੱਗਿਆ ਬਦਲਾ? ਉਹ ਬਦਲਾ ਲੈ ਗਿਆ ਤਾਂ ਬਦਲਾ ਖਿੱਚ ਕੇ ਦੱਸਾਂਗੇ। ਬਾਪੂ ਹਾਂ ਬਾਪੂ ਕਿਵੇਂ ਆ? ਹਾਂਜੀ ਕਿਵੇਂ ਆ ਮਾਹੌਲ ਹੁਣ ਵੋਟਾਂ ਆ ਗਈਆਂ? ਮਾਹੌਲ ਇਹ ਦੱਸਦੇ ਆ ਵੀ ਸਾਨੂੰ ਮੋਦੀ 30 ਕਿੱਲੋ ਕਣਕ ਦਿੱਤਾ ਸੀ, ਇਹਨਾਂ ਨੇ 15 ਕਿੱਲੋ ਦਿੱਤੀ ਹੈ। ਨਾ ਦੀਪੂਆਂ ਨੇ, ਦੀਪੂ ਵਾਲਿਆਂ ਨੇ, ਹਾਂ ਇਹ ਮੋਦੀ ਦੇ ਬੰਦੇ ਹੀ ਆ, ਮੋਦੀ ਨੂੰ ਇਹ ਨਹੀਂ ਆਉਣ ਦਿੰਦੇ। ਜੇ ਮੋਦੀ ਦੇ ਬੰਦੇ ਆਪ ਵੰਡ ਕਰਨ ਇੱਥੇ ਆ ਕੇ। ਮੋਦੀ ਵਧੀਆ? ਮੋਦੀ ਦਾ ਟਿੱਕਾ ਠੀਕ ਆ, ਮੋਦੀ ਦਾ ਹੁਣ ਉੱਥੇ ਦਿੱਲੀ ਵਧੀਆ। ਸਾਡੇ ਭਾਰਤ ਦਾ ਭਗਵੰਤ ਮਾਨ ਚੰਗਾ ਸੀ, ਸਾਡੀ ਸਰਕਾਰ ਆ ਗਈ, ਸਾਡਾ ਤਾਂ ਉਹ ਕੰਮ ਕੱਢੀ ਜਾਂਦੀ ਇੱਥੇ, ਕੱਢੀ ਜਾਂਦੀ ਕੰਮ। ਨਸ਼ਾ ਨੁਸ਼ਾ ਮੁੱਕ ਗਿਆ ਪਿੰਡਾਂ 'ਚੋਂ? ਨਾ ਨਸ਼ਾ ਨੁਸ਼ਾ ਤਾਂ ਮੁਝੇ ਚੱਲਦਾ, ਨਸ਼ਾ ਨਹੀਂ ਮੁੱਕਣਾ, ਨਸ਼ਾ ਤਾਂ ਭਾਵੇਂ ਮੋਦੀ ਦੀ ਸਰਕਾਰ ਆਈ ਫਿਰ ਨਹੀਂ ਮੁੱਕਣਾ। ਹਾਂ ਸਿਮਰਜੀਤ ਸਿੰਘ ਮਾਨ ਕਿਵੇਂ ਐਮ ਪੀ ਆਈ ਤੋਂ? ਉਹ ਤਾਂ ਗਿਆ ਚੱਲਿਆ ਵਾਰ ਆਉਂਦਾ ਹੁਣ ਚੱਲਿਆ ਵਾਰ ਆਉਂਦਾ। ਨਹੀਂ ਨਹੀਂ ਉਹ ਤਾਂ ਕਹਿੰਦੇ ਕੰਮ ਹੀ ਬਹੁਤ ਕੀਤੇ ਆ। ਨਾ ਕੰਮ ਤਾਂ ਉਹਨੇ ਬਹੁਤ ਕੀਤਾ, ਤੇ ਦੋ ਕੁਰਸੀਆਂ ਤਰਿਆ ਗਿਆ ਇੱਥੇ, ਦੋ ਕੁਰਸੀ ਦੇ ਰਹੀਆਂ। ਹਾਂਜੀ ਉਹ ਰੰਗ ਕਾਹਤੋਂ ਮਾਰਤਾ ਉਹਦੇ? ਉਹ ਰੰਗ ਉਹ ਮਾਰਤਾ ਕਹਿੰਦੇ ਵੀ ਮਾਨ ਤਾਂ ਵੀ ਮਾਨ ਤੇ ਵੀ ਰੰਗ ਹੀ ਬਚ ਜਾਣਾ ਹੁਣ, ਰੰਗ ਤਾਂ ਹੀ ਮਾਰਿਆ ਹੋਇਆ। ਹਾਂ ਤਾਂ ਹੀ ਮਾਰਿਆ। ਨਹੀਂ ਉਹ ਜਿਵੇਂ ਕਹਿੰਦੇ ਪੰਥ ਦੀ ਪਾਰਟੀ ਆ, ਪੰਥਕ ਪਾਰਟੀ ਆ, ਦੋ ਸਾਥ ਕਹਿੰਦੇ ਪੰਥਕ ਪਾਰਟੀ ਜੀ। ਪਹਿਲਾਂ ਪਤਾ ਨਹੀਂ ਕਿਵੇਂ ਜਿੱਤ ਗਿਆ, ਐਤਕੀ ਤਾਂ ਉਹਦੇ ਚਾਂਸ ਹੈ ਨਹੀਂ ਜੀ, ਚਾਂਸ ਹੈ ਨਹੀਂ। ਹਾਂ ਐਤਕੀ ਤਾਂ ਇੱਥੇ ਖੈਰੇ ਦੇ ਤੇ ਇਹਨਾਂ ਦਾ ਮੁਕਾਬਲਾ ਹੋਊਗਾ, ਦੋਨਾਂ ਦਾ ਇਹਨਾਂ ਦਾ ਹੋਊਗਾ। ਹਾਂ ਖੈਰੇ ਦਾ ਝਾੜੂ ਦਾ, ਝਾੜੂ ਦਾ। ਖੈਰਾ ਬੰਦਾ ਕਿਵੇਂ ਬਾਪੂ? ਖੈਰਾ ਠੀਕ ਦੱਸਦੇ ਆ, ਸਾਡੇ ਪਹਿਲੀ ਵਾਰੀ ਆਇਆ ਹਜੇ, ਪਹਿਲੀ ਵਾਰੀ ਆਇਆ। ਹਾਂ ਉਹ ਬਾਕੀ ਮੌਕੇ ਤੇ ਪਤਾ ਲੱਗੂ। ਹਾਂ ਬਾਕੀ ਮੌਕੇ ਤੇ ਪਤਾ ਲੱਗੂ। ਤੇ ਆਪਣੇ ਹਲਕੇ ਦਾ ਪਤਾ ਉੜਦਾ ਹੈਗਾ ਜਿਹੜਾ ਲਾਭ ਸਿੰਘ ਗੁੱਗੋ ਕੇ ਕੰਮ ਕੀਤਾ ਉਹਨੇ? ਲਾਭ ਉਹਨੇ ਜਮ੍ਹਾਂ ਨਹੀਂ ਕੀਤਾ, ਉਹਦਾ ਬਸ ਹਵਾਈ ਨਹੀਂ ਜਿੱਤ ਗਿਆ, ਉਹਦਾ ਪਤਾ ਹੀ ਨਹੀਂ ਵੀ ਭਦੌੜ 'ਚ ਸਾਨੂੰ ਨਹੀਂ ਪਤਾ ਲੱਗਦਾ ਕਿਹੜੇ ਵੇ ਆਇਆ ਕਿਹੜੇ ਵੇ ਨਾ ਆਇਆ। ਅੱਛਾ ਇਹਦਾ ਜਿਹੜਾ ਮੁੰਡਾ ਮੀਤ ਹੇਰ ਆ ਇਹ ਵਧੀਆ ਗਾ, ਇਹ ਵਧੀਆ। ਉਹ ਜਿਵੇਂ ਕਹਿੰਦੇ ਸਰਕਾਰ ਸੱਥਾਂ ਵਿੱਚ ਚੱਲੂਗੀ, ਸੱਥਾਂ 'ਚ ਆਉਂਦੇ ਆ? ਨਹੀਂ ਸੱਥਾਂ 'ਚ ਜਾਣ ਨਹੀਂ ਲੱਗੇ ਹਜੇ, ਤਾਂ ਜਿਹੜੇ ਆਪਣੇ ਭਾਜਪਾ ਇਹ ਆ ਇਹ ਜਿੱਤੋ ਜਿੱਤੀ ਕਰਾਈ ਜਾਂਦੇ ਲੋਕਾਂ, ਇਹਨੂੰ ਭਜਾਉਂਦੇ ਆ ਨਾ, ਇਹਨਾਂ ਨੂੰ ਭਜਾਉਂਦੇ ਆ। ਠੀਕ ਹੈ ਜੀ, ਧੰਨਵਾਦ। ਬਾਬੂ ਠੀਕ ਠਾਕ ਹੋ ਜੀ? ਅੱਛਾ ਇੱਕ ਚੀਜ਼ ਹੋਰ ਦੱਸੋ, ਸਿਮਰਜੀਤ ਸਿੰਘ ਮਾਨ ਦਾ ਇਲਾਕਾ ਕਹਿੰਦੇ ਆ ਵੀ ਉਹ ਜਿੱਤੇ ਆ, ਇੱਥੋਂ ਦੁਬਾਰਾ ਫਿਰ ਜਿੱਤਣਗੇ? ਨਹੀਂ ਜਿੱਤ ਕੇ ਦੇਖੋ ਯਾਰ, ਕੁਰਸੀ ਇੱਕ ਦੇ ਗਈ ਹੈ, ਕੁਰਸੀ ਇੱਕ ਦੇ ਗਏ ਇੱਥੇ, ਉਹ ਕੁਛ ਨਹੀਂ ਦੇਖੋ ਕੀ ਬਣਿਆ, ਕਿਸੇ ਮਰਜ਼ੀ ਪੁੱਛ ਲਓ ਕੀ ਬਣਾਇਆ, ਕੋਈ ਵਿਕਾਸ ਨਹੀਂ ਕੀਤਾ ਇੱਥੇ। ਵਿਕਾਸ ਤਾਂ ਕਰਾਉਣਾ ਜੀ, ਇੱਕ ਚੀਜ਼ ਐਂ ਬਹਾਦਰ ਸਾਨੂੰ ਵਿਕਾਸ ਮਿਲੇ, ਸਾਨੂੰ ਕੋਈ ਵਧੀਆ ਵਿਕਾਸ ਮਿਲੇ, ਸਹੂਲਤ ਮਿਲੇ ਕੋਈ, ਇਹ ਹੁੰਦਾ ਜੀ। ਇੱਕ ਬੰਦਾ ਗਰੀਬ ਬੰਦਾ ਆਏਗਾ ਸਾਨੂੰ ਸਹੂਲਤ ਮਿਲੇ। ਅੱਛਾ ਲਾਭ ਸਿੰਘ ਉਗੋ ਕੇ ਆਏ? ਲਾਭ ਸਿੰਘ ਉਗੋ ਇਹ ਲੁੱਟ ਕੇ ਖਾ ਗਏ ਸਾਰੇ ਕਮੇਟੀ ਨੂੰ। ਅੱਛਾ ਹਾਂਜੀ, ਕਿਵੇਂ ਬਾਪੂ? ਇਹਦਾ ਠੱਗ ਬੰਦਾ ਲਾਭ ਤਾਂ ਕੁਹਾਰ ਇੱਕ ਬੰਦੇ ਤੋਂ ਸੰਗਰੂਰ ਕਹਿੰਦੇ ਇਲਾਕਾ ਹੀ ਭਗਵੰਤ ਮਾਨ ਜਿੱਤੂਗਾ, ਭਗਵੰਤ ਮਾਨ
ਭਗਵੰਤ ਮਾਨ ਤਾਂ ਇੱਥੇ ਉਹ ਬੜਾ ਹੋਇਆ ਹੁੰਦਾ ਯਾਰ। ਬਿਜਲੀ ਦੇ ਬਿੱਲ ਤਾਂ ਕਰਤੇ ਉਹਨੇ, ਹਾਂ ਹੋਰ ਕੀ ਕਰ ਦਿੰਦਾ ਭਗਵੰਤ ਮਾਨ, 2500 ਠਹਿਰ ਕੇ ਦੇ ਦੇਣਗੇ, ਹੋਰ ਉਹ ਆ ਮੂਹਰੇ ਦੇ ਦੇਣਗੇ ਨੇੜੇ ਜੇ ਆ ਕੇ। ਅੱਗੇ ਵਾਲਿਆਂ ਨੇ ਕੀ ਘਰੇ ਭਰਤੇ ਝੋਲੇ? ਨਹੀਂ ਹੁਣ ਅਕਾਲੀ ਦਲ ਕਿਵੇਂ? ਅਕਾਲੀ ਦਲ, ਅਕਾਲੀ ਦਲ ਵੀ ਠੀਕ ਸੀ ਜਿਹਨੇ ਕਣਕ ਲਾ ਤੀ ਗਰੀਬਾਂ ਨੂੰ, ਅਕਾਲੀ ਦਲ ਕਿਹੜਾ ਮਾੜਾ ਸੀ? ਕਾਂਗਰਸ ਨੇ ਨਹੀਂ ਕੁਛ ਦਿੱਤਾ ਗਰੀਬਾਂ ਨੂੰ। ਸਿਮਰਜੀਤ ਸਿੰਘ ਮਾਨ, ਉਹ ਇਹ ਤਾਂ ਦੂਜੀ ਪਾਰਟੀ ਆ ਯਾਰ, ਉਹ ਇਹ ਤਾਂ ਖਤਰਨਾਕ ਪਾਰਟੀ ਆ, ਮਾਨ ਨੂੰ ਕਿਹੜਾ ਪੁੱਛਦਾ ਗਾ ਯਾਰ, ਖਤਰਨਾਕ ਕਿਵੇਂ ਹੋ ਗਏ? ਇਹ ਤਾਂ ਉਗਰਵਾਦ ਫੈਲਾਊਗਾ। ਹਾਂ ਕਿਰਪਾਨ ਉੱਥੇ ਲਿਜਾਊ, ਹਾਂ ਅੱਗੇ ਜਿੱਤਾ ਕੇ ਕੀ ਕਰਤਾ ਨੀ ਕਹਿੰਦਾ ਮੈਂ ਕਿਰਪਾਨ। ਕੀ ਹਾਲ ਹੈ ਜੀ, ਕੀ ਮਾਹੌਲ ਹੈ ਸੰਗਰੂਰ ਸੀਟ ਦਾ? ਵਧੀਆ ਜੀ, ਬਸ ਮਾਹੌਲ ਤਾਂ ਠੀਕ ਠਾਕ ਹੀ ਹੈ ਜੀ, ਠੀਕ ਠਾਕ ਹੀ ਹੈ। ਕੌਣ ਅੱਗੇ ਜਾਊ ਕੀ ਲੱਗਦਾ? ਸਾਡੇ ਨੂੰ ਤਾਂ ਸਾਰੇ ਗਏ ਵੇ ਜੀ, ਅਸੀਂ ਤਾਂ ਰੇਹੜੀਆਂ ਚਲਾਉਂਦੇ ਆਪਦਾ ਟਾਈਮ ਲੰਘਾਈ ਜਾਂਦੇ ਹਾਂ। ਬਾਪੂ ਜੀ ਠੀਕ ਠਾਕ ਹੋ ਜੀ? ਬਾਪੂ ਜੀ ਹਾਂ ਠੀਕ ਆ ਬਾਈ, ਵਧੀਆ। ਕੀ ਮਾਹੌਲ ਆ ਸੰਗਰੂਰ ਸੀਟ ਦਾ ਇਸ ਵਾਰ? ਆਪਾਂ ਤਾਂ ਬਾਈ ਕੋਈ ਪਤਾ ਨੀ ਇੱਧਰ ਪੁੱਛਣ ਦਾ। ਕੀ ਮਾਹੌਲ ਆ ਜੀ, ਇੱਧਰ ਗੱਲਬਾਤ ਕਰ ਲਈਏ? ਉਲਝੇ ਕਦੇ ਜਾਂਦੇ, ਕੋਈ ਨਹੀਂ ਆਪਾਂ ਕਰ ਲਾਂਗੇ ਹਿਸਾਬ। ਨਹੀਂ ਵੋਟ ਕਿਹਨੂੰ ਪਾਓਗੇ? ਵੋਟ ਤਾਂ ਮੌਕਾ ਹੀ ਦੱਸੂਗਾ ਜੀ, ਕਿਹਨੂੰ ਮੌਕਾ ਹੀ ਦੱਸੂ, ਵੋਟ ਤਾਂ ਪਾ। ਹੁਣ ਐਮ ਪੀ ਆ ਤੁਹਾਡੇ ਸਿਮਰਜੀਤ ਸਿੰਘ ਮਾਨ, ਕੰਮ ਕੀਤੇ ਉਹਨਾਂ ਨੇ? ਹਾਂ ਕਰੀ ਜਾਂਦੇ ਆਪਾਂ ਉਹਦੇ ਥਾਂ ਜਿਹੜੇ ਹੈਗੇ ਕੰਮ ਬਣਿਆ ਸੀ ਸਾਡੇ ਤਾਂ, ਆਪਾਂ ਦੌੜ ਤੋਂ ਕੋਈ ਦਿਸਿਆ ਨਹੀਂ ਉਹਦਾ ਕੰਮ ਕਰਿਆ। ਉਹ ਝਾੜੂ ਨੂੰ ਪਾਵਾਂਗੇ ਵੋਟ, ਅਸੀਂ ਹੋਰ ਨੀ ਪਾਉਂਦੇ। ਝਾੜੂ ਵਧੀਆ ਲੱਗਦਾ? ਲੱਗੇ ਨਾ ਲੱਗੇ ਸਾਡਾ ਮੀਟ ਹਾਇਰ ਖੜੂਗਾ। ਸਾਡੇ ਬਿੱਲ ਮਾਫ ਕਰਤੇ, ਫਿਰ ਆ ਦਵਾਈ ਗਰੀਬਾਂ ਨੂੰ ਮੁਫ਼ਤ ਦੇਈ ਜਾਂਦਾ, ਚੰਗਾ ਹੀ ਕੰਮ ਕਰਦਾ, ਕੋਈ ਮਾੜਾ ਨੀ ਕਰਦਾ ਗਰੀਬਾਂ ਦਾ। ਠੀਕ ਹੈ ਜੀ, ਆ ਬੇਬੇ ਹੈ ਬੇਬੇ ਆ ਬੇਬੇ, ਸਾਡੇ ਇੰਨੇ ਇੰਨੇ ਬਿੱਲ ਆਏ ਪਏ ਆ ਤੇ ਸਾਡੇ ਮਾਫ਼ ਨਹੀਂ ਕਰਦੇ, ਹੁਣ ਅਸੀਂ ਕਿੱਧਰ ਜਾਈਏ? ਉਹਦਾ ਕਹਿੰਦੇ ਮਾਫ਼ ਕੀਤਾ ਸਾਰੇ ਬਿੱਲ ਜੀ, ਆ ਵੇਖ ਲਾ ਮੁੜ ਕੇ ਉਵੇਂ ਬਿੱਲ ਆਈ ਜਾਂਦਾ ਗਾ। ਸਾਨੂੰ ਬਿੱਲ ਭਰਨ ਆਏ ਹੋ? ਅੱਜ ਭਰਨ ਗਏ ਸੀਗੇ ਬਿੱਲ, ਕਹਿੰਦੇ ਮਾਫ਼ੀ 'ਚ ਨਹੀਂ ਹੈਗਾ ਗਾ। ਹਾਂ ਤੇ ਅਸੀਂ ਆਖਿਆ ਮਾਫ਼ ਕਰੋ ਇਹਨੂੰ, ਮਾਫ਼ ਕੀਤੇ ਨਹੀਂ ਗਏ, ਕਹਿੰਦੇ ਇਹ ਨਹੀਂ ਮਾਫ਼ ਹੁੰਦੇ ਗੇ। 31,000 ਹੋਰ ਜੀ, ਇਹ ਮਾਫ਼ ਨਹੀਂ ਕਰਦੇ ਗੇ, ਹੁਣ ਅਸੀਂ ਗਰੀਬ ਕਿੱਧਰ ਜਾਈਏ? ਹੈਂ ਜ਼ਿਮੀਦਾਰ ਆਹੋ ਹੁਣ ਹੀ ਆਇਆ ਜੀ। ਹਾਂ ਤੇ ਪਰ ਵੋਟ ਕਿਹਨੂੰ ਪਾਉਂਗੇ ਹੁਣ? ਝਾੜੂ ਨੂੰ ਪਾਵਾਂਗੇ ਜੀ। ਝਾੜੂ ਵਾਲੇ ਨਹੀਂ, ਝਾੜੂ ਵਾਲਾ ਤਾਂ ਕਹਿੰਦੇ ਸੀ ਬਿੱਲ ਮਾਫ਼, ਜਿਹੜਾ ਕੋਈ ਸਾਡੇ ਬਿੱਲ ਮਾਫ਼ ਕਰੂਗਾ ਅਸੀਂ ਉਹਨੂੰ ਵੋਟ ਪਾ ਦਿਆਂਗੇ। ਹਾਂ ਝਾੜੂ ਦਾ 600 ਮਾਫ਼ ਕੀਤੀ ਵੀ, ਉਹਦਾ 32,000 ਬਿੱਲ ਆਇਆ। ਹਾਂ ਪ੍ਰਧਾਨ ਕੋਈ ਦਾ ਆਪਾਂ ਕਰਾਉਣ ਕੇ ਮਾਫ਼। ਠੀਕ ਹੈ ਠੀਕ ਹੈ, ਗੱਲਬਾਤ ਕਰ ਲੈਂਦੇ ਹਾਂ ਥੱਲੇ ਆ ਕੇ। ਹਾਂਜੀ ਕਿਵੇਂ ਆ, ਬਦਲਾਅ ਬਦਲੂ ਆਇਆ ਸੀ ਕਿਵੇਂ ਲੱਗਿਆ? ਬਦਲਾਅ ਨੇ ਤਾਂ ਭਰਾਵਾਂ ਨਜ਼ਾਰੇ ਲਿਆ ਤੇ, ਪਹਿਲਾਂ ਤਾਂ ਸਾਡੇ ਰੇਹੜੀਆਂ ਬੰਦ ਕਰਨ ਨੂੰ ਪਏ ਨਿਕਲੇ, ਆਹ ਦੇਖ ਲੈ ਰੇਹੜੀਆਂ ਸਾਡੇ ਕੋਲ। ਠੀਕ ਹੈ, ਇਹ ਚੱਲ ਰੌਲਾ ਰੂਲਾ ਜਿਹਾ ਪਾ ਕੇ ਚਲਾਤੀਆਂ ਕਿ ਵੋਟਾਂ ਸਾਥੋਂ ਵੀ ਲੈਣੀਆਂ, ਅਤੇ ਉਦੋਂ ਬਾਅਦ ਭਰਾਵਾਂ ਸਾਡੇ ਕੱਟੇ ਗਰੀਬਾਂ ਦੇ ਰਾਸ਼ਨ ਕਾਰਡ, ਇਹਨਾਂ ਨੇ ਰਾਸ਼ਨ ਕਾਰਡ ਵੀ ਚੱਲ ਚਲਾ ਚਲੂ ਤੇ ਕੱਟੇ ਵੀ ਵੀਰ ਜੀ ਉਹਨਾਂ ਦੇ, ਜਿਹੜੀਆਂ ਬੁੜੀਆਂ ਪੰਜ ਪੰਜ ਘਰਾਂ ਦਾ ਪੋਚਾ ਲਾ ਕੇ ਟਾਈਮ ਲੰਘਾਉਂਦੀਆਂ ਸੀ ਸਾਡੇ ਘਰਾਂ 'ਚ, ਮੈਂ ਹੁਣ ਚੱਲ ਵੜੋ ਮੇਰੇ ਨਾਲ,
ਤੁਹਾਨੂੰ ਉਹ ਜਿਹੇ ਘਰ ਦਿਖਾ ਦਿੰਦਾ ਵੀ ਜਮਾਂ ਗਰੀਬ ਬੰਦੇ, ਮਤਲਬ ਕੋਈ ਹੈਂਡੀਕੈਪਟ ਆ ਕੋਈ ਕਿਵੇਂ ਆ, ਉਹੋ ਜਿਹੇ ਬੰਦਿਆਂ ਦੇ ਰਾਸ਼ਨ ਕਾਰਡ ਖੱਟੇ ਸੀ। ਚੱਲ ਚੱਲ ਪਏ, ਹੁਣ ਸਰਕਾਰ ਨੇ ਸਾਥੋਂ ਵੋਟਾਂ ਲੈਣੀਆਂ, ਚਲਾਉਣੀ ਪੈਣੀ ਸੀ ਇਹਨਾਂ ਨੂੰ, ਹਾਲੀ ਕੋਈ ਨਹੀਂ ਅਤੇ ਬਦਲਾਅ ਬਦਲੂ ਦਾ ਤੱਕ ਨਾ ਹੀ ਆ ਵੱਡੇ ਨਹੀਂ। ਹੁਣ ਜਿਵੇਂ ਸੰਗਰੂਰ ਦੇ ਫਿਰ ਚੋਣਾਂ, ਹੁਣ ਕਿਹਨੂੰ ਕਿਹਦਾ ਸਾਥ ਦਿਓਗੇ ਯਾਰ? ਸਾਥ ਤਾਂ ਹੁਣ ਤੈਨੂੰ ਮੈਂ ਰੱਖਦਾ ਭਗਵੰਤ ਮਾਨ 'ਤੇ, ਪੂਰੀਆਂ ਵੱਡੀਆਂ ਆਸਾਂ ਸੀ ਲੋਕਾਂ ਨੂੰ ਵੀ ਯਾਰ ਇਹ ਗਰੀਬਾਂ ਦੀ ਗੱਲ ਕਰੂਗਾ, ਵੱਡੇ ਵੀਰ ਗਰੀਬਾਂ ਦੇ ਨਾਲ ਖੜੂਗਾ। ਬਦਲਾਅ ਤਾਂ ਹੁਣ ਦੇਖ ਲਿਆ ਵੀ ਬਦਲਾਅ ਤਾਂ ਹੁਣ ਜਿਹਨੂੰ ਵੋਟ ਪਾਉਣੀ ਆ ਪਾ ਦਾਂਗੇ। ਹਾਂ, ਅਤੇ ਬੁੜੀਆਂ ਨੂੰ ਹਜ਼ਾਰ ਹਜ਼ਾਰ ਕਹਿੰਦਾ ਸੀ, ਉਹ ਵੀ ਨਹੀਂ ਦਿੱਤਾ, ਅਤੇ ਹੋਰ ਬਥੇਰਾ ਕੁਛ ਕਹਿੰਦਾ ਸੀ, ਡੱਕਾ ਨਹੀਂ ਦਿੱਤਾ ਕਿਸੇ ਨੂੰ, ਅਤੇ ਸਾਡਾ ਤਾਂ ਜੀ ਜਾਕਿਆ ਪਿਆ ਭਰਾਵਾ। ਤੁਹਾਡਾ ਕਿੱਧਰ ਮਾਹੌਲ ਆ ਫਿਰ? ਬਹੁਤ ਜ਼ਿਆਦਾ ਲੋਟ ਲੱਗਿਆ ਪਾ ਦਿਆਂਗੇ, ਲੋਟ ਲੱਗਿਆ ਪਾ ਦਿਆਂਗੇ। ਕੀ ਹਾਲ ਜੀ, ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ ਜੀ, ਪੂਰਾ ਇਲੈਕਸ਼ਨ ਆ ਗਿਆ ਲੋਕ ਸਭਾ ਦਾ, ਹੁਣ ਕੀ ਲੱਗਦਾ ਕਿੱਧਰ ਨੂੰ ਮਾਹੌਲ ਆ ਲੋਕਾਂ ਦਾ? ਹਜੇ ਤਾਂ ਕਿਸੇ ਪਾਸੇ ਨਹੀਂ ਜੀ, ਅਜੇ ਤਾਂ ਫਸਲਾਂ ਸਾਂਭਣ 'ਤੇ ਹੋਏ ਪਏ ਹਾਂ, ਅੱਜ ਤਾਂ ਫਸਲਾਂ ਫੁਸਲਾਂ ਸਾਂਭ ਲਈਏ ਫਿਰ ਦੇਖਾਂਗੇ ਕੀ ਬਣਦਾ। ਸੰਗਰੂਰ ਦੇ ਵਿੱਚ ਹੈਗੇ ਆ ਆਮ ਆਦਮੀ ਪਾਰਟੀ ਤੋਂ ਅਮੀਤ ਖਹਿਰਾ, ਹਾਂਜੀ, ਤੇ ਉਧਰੋਂ ਕਾਂਗਰਸ ਦੇ ਵਿੱਚ ਸੁਖਪਾਲ ਖਹਿਰਾ ਚੁੱਕੇ ਆ, ਹਾਂਜੀ, ਅਕਾਲੀ ਦਲ ਦੇ ਝੁੰਡਾ ਸਾਹਿਬ ਹੈ, ਹਾਂਜੀ, ਤੇ ਸਿਮਰਜੀਤ ਸਿੰਘ ਮਾਨ ਹੈ। ਕੀ ਲੱਗਦਾ ਕਿੰਨਾ ਦੇ ਵਿੱਚ ਮੁਕਾਬਲਾ ਹੋਊਗਾ? ਮੁਕਾਬਲਾ ਤਾਂ ਜੀ ਦੇਖੋ, ਜਾਂ ਤਾਂ ਸਿਮਰਨਜੀਤ ਸਿੰਘ ਮਾਨ ਹੈ, ਜਾਂ ਇਹ ਆਮ ਪਾਰਟੀ ਆ ਜਾਂ ਕਾਂਗਰਸ ਹੈ। ਅਕਾਲੀ ਦਲ ਤਾਂ ਇਹ ਇਲੈਕਸ਼ਨ 'ਚ ਮੈਨੂੰ ਲੱਗਦਾ ਜੇ ਜਿੱਤ ਪਾਉਣ, ਕਿਉਂਕਿ ਉਹ ਆਪਸ ਵਿੱਚ ਹੀ ਪੱਟ ਉਤਾੜ ਹੋਏ ਪਏ ਨੇ। ਹੁਣ ਸੁਖਦੇਵ ਸਿੰਘ ਢੀਂਡਸੇ ਦਾ ਮੁੰਡਾ ਉਹ ਵਿਰੋਧ ਕਰੀ ਜਾਂਦਾ ਹੈਗਾ, ਇਹ ਸੰਗਰੂਰ ਬਰਨਾਲੇ 'ਚ ਉਹਦਾ ਚੰਗਾ ਰਸੂਖ ਹੈ, ਉਹ ਵੋਟ ਝੁੰਡੇ ਨੂੰ ਨੁਕਸਾਨ ਕਰੂਗੀ। ਆਮ ਪਾਰਟੀ ਅਤੇ ਕਾਂਗਰਸ ਅਤੇ ਸਿਮਰਜੀਤ ਮਾਨ ਹੀ ਲੱਗਦੇ ਆ ਚੋਣ ਮੈਦਾਨ 'ਚ ਨਿਤਰਨਗੇ। ਜਿਵੇਂ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਬਣੇ ਜੀ, ਕੰਮ ਵਗੈਰਾ ਕੀਤੇ? ਹਾਂ, ਕੰਮ ਬਹੁਤ ਕਰਿਆ, ਕੰਮ ਸਾਡੇ ਪਿੰਡ ਪਿੰਡ 'ਚ 2.5 ਕਰੋੜ ਰੁਪਈਆ ਜਾਣੀ ਪੰਜਾਬ ਸਰਕਾਰ ਨੇ ਲਾ ਤਾ, ਵਧੀਆ ਸਾਡੇ ਪਿੰਡ ਸਟੇਡੀਅਮ ਨੂੰ ਪੈਸੇ ਦੇ ਗਏ। ਬਾਕੀ ਥਾਪਰ ਮਾਡਲ ਲਈ ਛੱਪੜ ਦਾ 4 ਰੁਪਏ ਕੰਮ ਚੱਲੀ ਜਾਂਦਾ, ਅਤੇ ਬਾਕੀ ਪੰਚਾਇਤ ਘਰ ਲਈ ਦੇ ਤਾਂ 40 ਲੱਖ ਰੁਪਈਆ ਬਹੁਤ ਦਿੱਤੇ ਆ। ਸਿਮਰਜੀਤ ਸਿੰਘ ਮਾਨ ਕਿਵੇਂ ਲੱਗਦਾ, ਜਿਵੇਂ ਇੱਕ ਵਾਰ MP ਹੈ ਹੁਣ ਦੁਬਾਰਾ ਜਿਤਾਉਣਗੇ ਲੋਕ? ਦੇਖੋ ਜੀ, ਸਿਮਰਜੀਤ ਸਿੰਘ ਮਾਨ ਤਾਂ ਕੋਈ ਕਹਿ ਨਹੀਂ ਸਕਦੇ ਪੱਕਾ, ਕਿਉਂ ਲੋਕਾਂ ਦਾ ਹਜੇ ਦੇਖੋ ਬਿੱਲ ਬੁੱਲ ਹੋ ਕੇ ਕਿਵੇਂ ਰੁਝਾਨ ਕਿੱਧਰ ਨੂੰ ਬਣਦਾ, ਇਹ ਤਾਂ ਹਵਾ ਦਾ ਰੁੱਖ ਹੈਗਾ, ਕੀ ਪਤਾ ਇੱਧਰ ਨੂੰ ਹੋ ਜਾਵੇ ਕਿੱਧਰ ਨੂੰ ਹੋਵੇ। ਹਾਂਜੀ, ਠੀਕ ਹੈ ਜੀ, ਤਾਂ ਇੱਧਰ ਵੀ ਗੱਲਬਾਤ ਕਰਦੇ। ਕਿਵੇਂ ਜੀ ਤੁਹਾਡਾ ਕੀ ਮਾਹੌਲ ਹੈ ਜੀ, ਕਿੱਧਰ ਨੂੰ ਸੰਗਰੂਰ ਦਾ? ਸੰਗਰੂਰ ਦਾ ਇਹ ਤਾਂ ਵੋਟਾਂ ਚੱਲ ਰਿਹਾ, ਚੱਲ ਰਹੀਆਂ ਮੰਡੀਆਂ ਫਸਲਾਂ। ਹਾਂਜੀ, ਐਲਾਨ ਤਾਂ ਹੀ ਉਹਨਾਂ ਐਲਾਨ ਤਾਂ ਕਰਤੇ ਸਾਰੇ ਬੰਦਿਆਂ ਦੇ। ਹਾਂਜੀ ਹਾਂਜੀ, ਕੀ ਲੱਗਦਾ ਕਿਹੜਾ ਭਾਜੀ ਮਰੂਗਾ? ਦੇਖੋ 3 ਜਾਣੇ ਨੇ ਇਹ ਜੀ, ਮਾਨ ਅੰਪਲ ਕਾਂਗਰਸ ਦਾ। ਸਰਕਾਰ ਨੇ ਕੀਤੇ ਕੰਮ ਵਗੈਰਾ ਜੀ 2 ਸਾਲਾਂ 'ਚ? ਹਾਂਜੀ, ਸਾਡੇ ਪਿੰਡ ਤਾਂ ਬਹੁਤ ਕੀਤਾ ਜੀ, ਕੀਤੇ ਹੈ। ਹਾਂਜੀ, ਠੀਕ ਹੈ। ਸਿਮਰਜੀਤ ਸਿੰਘ ਮਾਨ ਨੂੰ ਕਿਵੇਂ ਦੇਖਦੇ ਹੋ, ਆ ਸਕਦੇ ਦੁਬਾਰਾ? ਦੇਖੋ ਇਹ ਤਾਂ ਵੋਟਾਂ ਦੱਸਣਗੀਆਂ ਮੌਕਾ, ਬਿਲਕੁਲ ਹੈ ਨਾ ਜੀ। ਠੀਕ ਹੈ ਜੀ। ਬਾਬਾ ਜੀ ਆਪਣਾ ਕਿੱਧਰ ਮਾਹੌਲ ਇਸ ਵਾਰ? ਆਪਣਾ ਕਿਸੇ ਪਾਸੇ ਜੀ ਗੋਡੇ ਦੁੱਖ ਰਿਹਾ, ਤੁਰਿਆ ਜਾਂਦਾ ਨਾ ਕਿਸੇ ਪਾਸੇ ਜਾਂਦਾ, ਇੱਥੇ ਜੋਗਿਆਂ ਬੈਠੇ ਰਹਿ ਰਿਹਾ। ਹੋਰ ਵੋਟ ਤਾਂ ਪਾਓਗੇ? ਵੋਟ ਤਾਂ ਪਾ ਦਾਂਗੇ ਜਿੱਧਰ ਮਾਹੌਲ ਬਣਿਆ ਗਿਆ ਪਾ ਦਾਂਗੇ। ਕੀ ਲੱਗਦਾ ਪੰਜਾਬ ਸਰਕਾਰ ਹੈ, ਜਿਵੇਂ ਇੱਕ ਪਾਸੇ ਸਿਮਰਜੀਤ ਸਿੰਘ ਮਾਨ ਹੈ, ਮੌਜੂਦਾ MP ਹੈ ਇੱਥੋਂ, ਸਾਰੇ ਠੀਕ ਹੈ? ਕਾਂਗਰਸ ਤੋਂ ਸੁਖਪਾਲ ਖਹਿਰਾ ਹੈ, ਸਾਰੇ ਠੀਕ ਆ ਜੀ, ਵਧੀਆ ਇੱਧਰ ਮਾਹੌਲ ਬਣ ਗਿਆ ਪਾ ਦਾਂਗੇ। ਬਾਬਾ ਜੀ ਤੁਹਾਡਾ ਕਿੱਧਰ ਮਾਹੌਲ ਹੈ ਜੀ, ਕੀ ਲੱਗਦਾ ਕਿੱਧਰ ਪਾਓਗੇ ਵੋਟ? ਸਾਡਾ ਤਾਂ ਕਿਸੇ ਪਾਸੇ ਨਹੀਂ ਹੈਗਾ, ਢਿੱਲੇ ਮੱਠੇ ਰਹਿਣੇ ਹਾਂ ਬਸ, ਜਿੱਧਰ ਕੋਈ ਕਹਿ ਦੂ ਪਾ ਦਿਆਂਗੇ। ਸਾਡਾ ਤਾਂ ਮੇਰਾ ਪਿੰਡ ਤਾਂ ਉੱਗੋ ਆ ਜੀ। ਹਾਂਜੀ, ਸਾਡਾ MLA ਤਾਂ ਪਿੰਡ ਦੇ ਜੀ, ਤਾਂ ਫਿਰਦੇ ਰਹਿੰਦਾ ਗੇੜੇ ਦੇ।
ਬਹੁਤ ਕੰਮ ਵਾਧੂ ਕੰਮ ਬਹੁਤ ਕੰਮ ਉਹਦਾ ਜਮਾ ਜੀ ਖੁਸ਼ਕੀ ਚੱਕਤੀ ਪੂਰਾ ਤੁਸੀਂ ਦੇਖਿਓ ਜਾ ਕੇ ਤੁਸੀਂ ਵੀ ਜਾਓਗੇ ਕਿਹੜੇ ਤਰੀਕੇ ਦਾ ਬਹੁਤ ਕੰਮ ਕੋਈ ਗਲੀ ਨੀ ਛੱਡੀ ਉਹਨੇ ਜੀ ਕੋਈ ਸਕੂਲ ਚ ਬਥੇਰਾ ਰੁਪਈਏ ਲਾਈ ਜਾਂਦਾ ਗਰਾਊਂਡ ਜਾ ਕੇ ਤੁਸੀਂ ਵਗ ਜਾਓ ਜਾ ਕੇ ਸਾਰਾ ਕੰਮ ਹੋ ਗਿਆ ਠੀਕ ਹੈ ਜੀ ਹਾਂਜੀ ਬਾਈ ਆਪਣਾ ਕਿੱਧਰ ਮਾਹੌਲ ਹੈ ਜੀ ਸਾਰਾ ਕਿੱਧਰ ਮਾਹੌਲ ਜਾਊਗਾ ਕੋਈ ਪਤਾ ਨੀ ਆਪਣਾ ਜੀ ਕਿੱਧਰ ਇੱਧਰ ਹਾਂ ਜੀ ਕਿੱਧਰ ਪਾਉਂਗੇ ਬੁੜ ਬੁੜ ਪਤਾ ਜਿੱਦਾਂ ਲੋਟ ਹੈਗਾ ਉੱਧਰ ਹੀ ਪਾ ਦਾਂਗੇ ਜੀ ਲੋਟ ਤਾਂ ਬਾਅਦ 'ਚ ਆਉਣਾ ਪਾਉਣ ਤੋਂ ਬਾਅਦ ਪਾਉਣ ਤੋਂ ਬਾਅਦ ਹੀ ਹੈ ਜੀ ਬਾਪੂ ਠੀਕ ਠਾਕ ਹੋ ਜੀ ਵਧੀਆ ਬਾਈ ਬਾਪੂ ਕੀ ਮਾਹੌਲ ਹੈ ਸੰਗਰੂਰ ਸੀਟ ਦਾ ਇਸ ਵਾਰ ਅਸੀਂ ਤਾਂ ਘੱਟ ਹੀ ਦਾ ਮੰਡੀ ਜਾਣਾ ਤਾਂ ਮੰਡੀ ਦਾ ਮਾਹੌਲ ਪੁੱਛ ਲਓ ਹੋਰ ਕੀ ਨਹੀਂ ਵੋਟਾਂ ਵੋਟਾਂ ਜਿਹੜਾ ਜਾਂਦੇ ਹਾਂ ਕੀ ਲੱਗਦਾ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਕੋਈ ਪਤਾ ਨਹੀਂ ਜਿਵੇਂ ਸਰਕਾਰ ਆ ਸਰਕਾਰ ਨੇ ਕੰਮ ਕੀਤੇ ਆ ਪੰਜਾਬ 'ਚ ਤੈਨੂੰ ਦੱਸਦਾ ਵੀ ਅਸੀਂ ਤਾਂ ਖੇਤ ਜਾਣ ਵਾਲੇ ਹਾਂ ਸਾਡੇ 'ਚ ਕੋਈ ਨਹੀਂ ਇੱਥੇ ਪਤਾ ਨਹੀਂ ਵੀ ਆਪਣੇ ਕੰਮ ਤਾਂ ਹੁੰਦੇ ਹੀ ਆ ਸਰਕਾਰ ਨੇ ਕੀਤੇ ਆ ਵੀ ਕੰਮ ਕੰਮ ਤਾਂ ਕਿਸੇ ਤੋਂ ਕਰਾ ਲਾ ਕਿੰਨੀਆਂ ਸਰਕਾਰਾਂ ਪਿੰਡ ਦਾ ਸਰਪੰਚ ਬਣ ਜਾਓ ਉਹ ਵੀ ਆਪਦੀ ਜੇਬ ਖਰਚੇ ਨਹੀਂ ਹੋਣ ਕਿਸੇ ਕੋਈ ਸਰਕਾਰਾਂ ਹੀ ਆਈ ਜਾਣ ਮਾਹੌਲ ਤਾਂ ਯਾਰ ਹੁਣ ਤਾਂ ਰੋਜ਼ ਤਾਂ ਭੈਣ ਉੱਥੇ ਗੈਂਗਸਟਰ ਮਾਰਤਾ ਕਿਤੇ ਉਹ ਮਾਰਤਾ ਪੁਲਿਸ ਤੋਂ ਕੋਈ ਇਹ ਲੋਟ ਤਾਂ ਆਉਂਦੇ ਨੀ ਹੈਗੇ ਪਤਾ ਅਸੀਂ ਤਾਂ ਅਸੀਂ ਕਹਿੰਦੇ ਹਾਂ ਮਾਹੌਲ ਕਿੱਥੇ ਸ਼ਾਂਤੀਪੂਰਵਕ ਚਾਹੀਦਾ ਬਈ ਇਹ ਜਿਹੜਾ ਹੈਗਾ ਅੱਜ ਖਬਰਾਂ ਦੇਈ ਤਾਂ ਜਾਂਦੀ ਕਿ ਖੈਰੇ ਨੂੰ ਜਿੱਤੇ ਹੋਣਗੇ ਸਾਰੀਆਂ ਰੈਆਂ ਕਰੀਆਂ ਇਹਨਾਂ ਦੀਆਂ ਖੈਰੇ ਨੂੰ ਜਿੱਤੇ ਰੈ ਕੀਤੇ ਹੈ ਸਾਰੀ ਹਾਂ ਫਿਰ ਤਾਂ ਰਿਹਾ ਹੋਇਆ ਅੱਜ ਕੱਲ੍ਹ ਖਬਰਾਂ 'ਚ ਦੇਈ ਤਾਂ ਜਾਂਦੇ ਸੀ ਅੱਛਾ ਜੀ ਨਹੀਂ ਜਿਵੇਂ ਹੁਣ ਇੱਥੋਂ ਜਿਹੜੇ ਮੌਜੂਦਾ MP ਸਿਮਰਜੀਤ ਸਿੰਘ ਮਾਨ ਹੈ ਪਹਿਲਾਂ ਭਗਵੰਤ ਮਾਰ ਰਹੇ ਆ ਹੁਣ ਮੀਤ ਹੇਰ ਨੂੰ ਉਤਾਰਿਆ ਗਿਆ ਕੀ ਲੱਗਦਾ ਕੌਣ ਬਾਜੀ ਮਾਰੂ ਦੇਖੋ ਜੀ ਅਸੀਂ ਤਾਂ ਇਹੋ ਜਿਹੇ ਮਾਹੌਲ ਚ ਹੁਣ ਤਾਂ ਮਾਨ ਮਾਰੂ ਕਿਹੜਾ ਮਾਨ ਜੀ ਮਾਨ ਸਿਮਰਜੀਤ ਮਾਨ ਸਿਮਰਜੀਤ ਮਾਨ ਹਾਂ ਦੁਬਾਰਾ ਬਣੂ ਉਹ ਹਾਂ ਬਣੂਗਾ ਦੁਬਾਰਾ ਕਿਉਂ ਜੀ ਕਿਉਂ ਲੱਗਦਾ ਬੰਦਾ ਜਿਹੜਾ ਸੱਚਾ ਸੁੱਚਾ ਉਹਨਾਂ ਨਾਲੋਂ ਅੱਛਾ ਜੀ ਆਹ ਮੀਤ ਫਿਰ ਖੇਡਦੀ ਤਾਂ ਇੱਥੇ ਦੇਖਦੀ ਹੁਣ ਬਾਈ ਸ਼ੀਸ਼ੀ ਕਰਤੂ ਤੈਰ ਕੇ ਯਾਰ ਕੀ ਕੀਤਾ ਇਹ ਕਰਦਾ ਥਾਣਿਆਂ 'ਚ ਮਦਦ ਕਰਦਾ ਵੀ ਫੋਟੋ ਬਈ ਫਲਾਣੇ ਤੇ ਘਰ ਦੇ ਘਰ ਲੜ ਪਏ ਨਾ ਦੋ ਉਹਨਾਂ ਦੇ ਵਿੱਚ ਆ ਕੇ ਪੱਖਬਾਜ਼ੀ 'ਚ ਅੱਛਾ ਜੀ ਹਾਂ ਐਂ ਕਰਦਾ ਹੈ ਇਹ ਤਾਂ ਕਹਿੰਦੇ ਪੁਲਿਸ 'ਚ ਚੜ੍ਹਾਈ ਹੋ ਗਈ ਬਸ ਵੈਸੇ ਕੰਮ ਕਾਰ ਕੀਤੇ ਕੋਈ ਲੋਕਾਂ ਦਾ ਜਿਵੇਂ ਸਰਕਾਰ ਕਹਿੰਦੀ ਆਮ ਲੋਕਾਂ ਦੀ ਸਰਕਾਰ ਹੈ ਕੋਈ ਕਾਸ਼ ਨਹੀਂ ਕਰਿਆ ਕੀਤਾ ਨਹੀਂ ਨਾ ਜਿਵੇਂ ਵਾਅਦੇ ਕੀਤੇ ਕਿ ਨਸ਼ਾ ਖਤਮ ਕਰ ਦਿਆਂਗੇ ਨਸ਼ਾ ਤਾਂ ਵਾਧ ਗਿਆ ਇੱਥੇ ਮੈਂ ਤੈਨੂੰ ਅੱਜ 2 ਘੰਟੇ 1 ਘੰਟੇ ਖੜ ਜਾ ਅਰ ਇੱਥੇ ਨਸ਼ਾ ਖਾ ਕੇ ਕਿਰਪਾਨਾਂ ਨੰਗੀਆਂ ਚੱਕੀ ਫਿਰਦੇ ਨੇ ਪੜ੍ਹਨ ਵਾਲੇ ਹਾਂ ਸ਼ਹਿਰ 'ਚ ਆਹ ਮਾਹੌਲ ਹੈ ਹਾਂ ਸ਼ਹਿਰ 'ਚ ਵੀ ਪਿੰਡਾਂ 'ਚ ਵੀ ਉੱਥੇ ਮੇਰੇ ਕੋਲ ਉੱਥੇ ਆ ਜਾ ਬਸ ਸੜਕ 'ਤੇ ਰਹਿਣਾ ਉਹ ਬਾਜੀਗਰਾਂ ਦੀਆਂ ਕੁੰਡੀਆਂ ਦੇ ਬਾਸਤਰੀ ਕੋਲੇ ਬੜੇ ਉਹ ਕਾਲਜ ਕਿਹੜਾ ਗਾ ਬਾਈ ਦਾ ਆਪਣਾ ਅੱਡੇ 'ਤੇ ਚੀਮੇ ਵਾਲੇ 'ਤੇ ਉੱਥੇ ਨਿੱਤ ਦੀ ਲੜਾਈ ਹੈ ਹਾਂ ਹਾਂ ਕੋਈ ਪੁਲਿਸ ਨਹੀਂ ਪੁੱਛਦੀ ਲੋਕ ਪਾਉਣਗੇ ਵੋਟਾਂ ਦੁਬਾਰਾ ਇਹਨੂੰ ਤਾਂ ਕੀ ਪਾਉਣੀ ਹੁਣ ਨਾ ਲੱਗ ਆਮ ਆਦਮੀ ਪਾਰਟੀ ਦਾ ਕਹਿੰਦੇ ਲੱਗ ਝਾੜੂ ਵਾਲਿਆਂ ਦਾ ਨਾ ਨਾ ਖਤਮ ਆਹ ਸੀਟ ਖਤਮ ਭਦੌੜ ਵਾਲੀ ਵੀ ਖਤਮ ਅਤੇ ਮਹਿਲਗੜ ਵਾਲੀ ਵੀ ਖਤਮ ਸਾਰੀਆਂ ਹਾਂ ਤਿੰਨੇ ਸੀਟਾਂ ਪੱਕੀਆਂ ਸੀ ਇਹਨਾਂ ਦੇ ਤਿੰਨੇ ਖਤਮ ਹੋ ਜਾਣਗੀਆਂ ਅੱਗੇ ਹਾਂ ਜਿਵੇਂ ਕਹਿੰਦੇ ਆਮ ਲੋਕਾਂ ਦੇ ਅਸੀਂ ਤਾਂ ਆਮ ਲੋਕਾਂ ਦੇ ਵਿੱਚ ਆਉਂਦੇ ਆਏ ਨਾ 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 ਕਿੱਥੇ ਆਉਂਦੇ ਆ ਆਉਂਦੇ ਨਹੀਂ ਨਾ ਕੀ ਮਾਹੌਲ ਆ ਜੀ ਇਸ ਵਾਰ ਸੰਗਰੂਰ ਸੀਟ ਦਾ ਆਪਾਂ ਨੂੰ ਨਹੀਂ ਬਾਰੇ ਪਤਾ ਵੀ ਆਪਾਂ ਨੂੰ ਬਾਪੂ ਜਿਵੇਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਾਫੀ ਹੋਰ ਵੀ ਜਿਵੇਂ 1000 ਰੁਪਇਆ ਬੁੜੀਆਂ ਨੂੰ ਦੇਣਾ 2500 ਪੈਨਸ਼ਨ ਕਰਨੀ ਕੀਤਾ ਨਹੀਂ ਪੂਰਾ ਕੋਈ ਨਹੀਂ ਕਰਿਆ
ਵੋਟ ਤਾਂ ਬਹੁਤ ਲਾਈ ਫਿਰਦੇ ਵੀ ਕੰਮ ਇੰਨੇ ਕਰਤੇ ਸੀ। ਨਾ 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 ਕੁਛ ਨਹੀਂ ਕਰਿਆ ਡਾਲ ਦੀ ਇਹ ਵੋਟ ਕਾ ਬੁਲਾਤੇ ਫਿਰ ਇਹਨਾਂ ਨੇ ਇੰਨੇ ਉਹਨਾਂ ਆਪਦੀ ਮਰਜ਼ੀ ਨੇ ਲਾਈ ਜਾਣ ਪੈਸਾ ਇਹਨਾਂ ਕੋਲ ਆਉਂਦਾ ਹੈ ਕੁਛ ਕਰੀ ਜਾਣ ਪਵਾਉਂਦੀ ਸਿਉਣੇ ਦੇ ਘਰ ਘਰ ਪਾ ਲੈਣ ਪਵਾਉਂਦੀ ਤਾਂ ਹਾਂ ਕਿਵੇਂ ਜੀ ਕੀ ਮਾਹੌਲ ਜੀ ਸੰਗਰੂਰ ਸੀਟ ਦਾ ਇਸ ਵਾਰ ਕੀ ਲੱਗਦਾ ਕੌਣ ਬਾਜੀ ਮਾਰੂਗਾ ਉਹਦਾ ਕੀ ਪਤਾ ਲੱਗਦਾ ਜੀ ਵੋਟ ਪਾਉਣੇ ਤੁਸੀਂ ਪਾਉਣੀ ਵੋਟ ਤਾਂ ਕੀ ਲੱਗਦਾ ਫਿਰ ਕੌਣ ਜਿੱਤੂਗਾ ਜੀ ਕੁਛ ਨਹੀਂ ਕਹਿ ਸਕਦੇ ਤੁਹਾਨੂੰ ਕੀ ਲੱਗਦਾ ਸੰਗਰੂਰ ਸੀਟ ਤੋਂ ਸਾਨੂੰ ਅਸੀਂ ਕੋਈ ਨਹੀਂ ਕਹਿ ਸਕਦੇ ਜੀ ਜਿਵੇਂ ਸਰਕਾਰ ਨੇ ਕੰਮ ਕੀਤੇ ਆਮ ਆਦਮੀ ਪਾਰਟੀ ਦੇ ਨੇ ਕੰਮ ਤਾਂ ਜਿਹੜਾ ਕਰਿਆ ਠੀਕ ਆ ਪਰ ਅਸੀਂ ਕਹਿ ਨਹੀਂ ਸਕਦੇ ਹੁਣ ਕੰਮ ਜਿਵੇਂ ਸਿਮਰਜੀਤ ਮਾਨ ਇੱਥੋਂ ਐਮ ਪੀ ਆ ਉਹਨਾਂ ਨੂੰ ਪਾਉਂਗੇ ਦੁਬਾਰਾ ਦੇਖੋ ਅਸੀਂ ਨਹੀਂ ਕਹਿ ਸਕਦੇ ਸਾਨੂੰ ਮੂਡ ਦਾ ਕੋਈ ਪਤਾ ਨਹੀਂ ਕਿੱਧਰ ਪੈ ਜੇ ਵੋਟ ਠੀਕ ਹੈ ਨਾ ਹਾਂ ਪਾ ਦਿੰਦੇ ਹੋ ਹੈ ਇਹ ਤਾਂ ਹਾਂ ਤਾਂ ਜਿਹਦੇ ਕੋਈ ਮਤਲਬ ਕੰਮ ਮੌਕੇ 'ਤੇ ਕਰਦਾ ਕੋਈ ਕੰਮ ਆਪਣੇ ਹੋਏ ਵੀ ਉਸੇ ਨੂੰ ਪਾਵਾਂਗੇ ਫਿਰ ਕੰਮ ਠੀਕ ਹੈ।